ਹੈਲੋ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਹਾਂ ਦੋਸਤੋ ਲੈ ਕੇ ਆਇਆ ਤੁਹਾਡੇ ਲਈ ਚਾਈਲਡ ਡਿਵੈਲਪਮੈਂਟ ਦੇ ਬਾਲ ਵਿਕਾਸ ਦੇ ਵੈਰੀ ਇੰਪੋਰਟੈਂਟ ਐਮਸੀਕਿਊਜ਼। ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ। ਪ੍ਰੀ ਪ੍ਰਾਇਮਰੀ 8393 ਅੰਗਣਵਾੜੀ ਸੁਪਰਵਾਈਜ਼ਰ ਪੀਐਸਟੈਟ ਸੀਟੈਟ ਐਚਟੈਟ ਇਹਨਾਂ ਸਾਰੀਆਂ ਪੋਸਟਾਂ ਵਾਸਤੇ ਆਪਣੀ ਵੀਡੀਓ ਲਾਹੇਵੰਦ ਹੋਵੇਗੀ। ਸੋ ਵੀਡੀਓ ਨੂੰ ਅਖੀਰ ਤੱਕ ਦੇਖਿਓ। ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਦੋਸਤੋ। ਗਾਰਡਨ ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜੀ ਬੁੱਧੀ ਮਤਾਦੀ ਪ੍ਰਕਾਰ ਨਹੀਂ ਹੈ ਸੋ ਗਾਰਡਨ ਨੇ ਬੁੱਧੀ ਦੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਬਤਾਂ ਕਹੀਆਂ ਸੀ ਹੇਠ ਲਿਖਿਆ ਆਪਸ਼ਨਾਂ ਚੋਂ ਇਹ ਪੁੱਛਿਆ ਗਿਆ ਵੀ ਗਾਰਡਨ ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜੀ ਬੁੱਧੀ ਮਤਾਦੀ ਪ੍ਰਕਾਰ ਨਹੀਂ ਜਿਹੜੀ ਗਾਰਡਨ ਨੇ ਨਹੀਂ ਦੱਸੀ ਸੀ ਇਹਨਾਂ ਚੋਂ ਸਥਾਨ ਸਬੰਧੀ ਸਰੀਰਕ ਗਤੀਸ਼ੀਲਤਾ ਸਬੰਧੀ ਆਪਸੀ ਦੇਖਣਾ ਤੇ ਸੁਣਨ ਦਾ ਅਜਮ ਸੋ ਆਪਸ਼ਨ ਨੰਬਰ 4 ਸਹੀ ਹੈ ਜੀ ਵੇਖਣ ਅਤੇ ਸੁਣਨ ਦੀ ਬੁੱਧੀ ਦੇ ਸਬੰਧ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਸੀ ਗਾਰਡਨ ਨੇ 2 ਨੰਬਰ ਪ੍ਰਸ਼ਨ ਦੋਸਤੋ ਬੁੱਧੀ ਪ੍ਰੀਖਿਆ ਕਿਸ ਲਈ ਲਾਭਦਾਇਕ ਹੈ ਸਿੱਖਿਆ ਦੇ ਪਿਛੜੇ ਪੰਨ ਲਈ ਮਾਨਸਿਕ ਤਣਾਅ ਲਈ ਵਿਅਕਤੀਗਤ ਪਿੰਤਾਵਾਂ ਲਈ ਉਪਰੋਕਤ ਸਾਰੇ ਸੋ ਬੁੱਧੀ ਪ੍ਰੀਖਿਆ ਦੇਖੋ ਕਿਸ ਲਈ ਲਾਭਦਾਇਕ ਹੈ ਆਪਸ਼ਨ ਨੰਬਰ 4 ਸਹੀ ਹੈ ਜੀ ਬੁੱਧੀ ਪ੍ਰੀਖਿਆ ਆਪਸ਼ਨ ਸਾਰੀਆਂ ਆਪਸ਼ਨਾਂ ਲਈ ਸਹੀ ਹੈ ਸਿੱਖਿਆ ਦੇ ਪਛੜੇਪਣ ਲਈ ਵੀ ਇਹ ਬੁੱਧੀ ਪ੍ਰੀਖਿਆ ਲਾਭਦਾਇਕ ਹੁੰਦੀ ਹੈ ਮਾਨਸਿਕ ਤਣਾਅ ਲਈ ਵੀ ਵਿਅਕਤੀਗਤ ਭਿੰਨਤਾਵਾਂ ਦੇ ਲਈ ਵੀ ਉਪਰੋਕਤ ਸਾਰੇ ਆਪਸ਼ਨ ਨੰਬਰ 4 ਸਹੀ ਹੈ ਜੀ। 3 ਨੰਬਰ ਪ੍ਰਸ਼ਨ ਦੋਸਤੋ ਇੱਕ ਸਕੂਲ ਜਾਣ ਵਾਲੇ ਬੱਚੇ ਦਾ IQ ਟੈਸਟ ਲੈਣ ਨਾਲ ਕਿਹੜਾ ਉद्ਮੱਖ ਉਦੇਸ਼ ਪੂਰਾ ਹੁੰਦਾ ਹੈ? ਸੋ ਇੱਕ ਸਕੂਲ ਦੇ ਵਿੱਚ ਬੱਚਾ ਜਦੋਂ ਜਾਂਦਾ ਜੀ ਉਹਦਾ ਆਪਾਂ ਇੱਕ ਟੈਸਟ ਲੈ ਲੈਨੇ ਆਂ ਕਈ ਵਾਰ IQ ਟੈਸਟ ਉਹਦੀ ਵੀ ਕਿੰਨੀ ਕੁ ਪਕੜ ਹੈ ਕਿੱਥੇ ਜਿ ਉਹ ਖੜਾ ਹੈਗਾ। ਉਦੇ ਨਾਲ ਕਿਹੜਾ ਉਦੇਸ਼ ਪੂਰਾ ਹੋ ਜਾਂਦਾ ਉਹ ਅਸੀਂ ਕਿਉਂ ਲੈਨੇ ਆ ਬੱਚੇ ਨੂੰ ਆਪਣੀ ਇੱਛਾ ਦਾ ਪੱਦਰ ਹਕੀਕਤ ਅਨੁਸਾਰ ਰੱਖਣ ਲਈ ਮਦਦਗਾਰ ਹੁੰਦਾ ਹੈ ਬੱਚੇ ਦੀ ਅਗਵਾਈ ਕਰਨ ਹਿੱਤ ਰਿਕਾਰਡ ਰੱਖਣ ਵਾਸਤੇ ਬੱਚੇ ਤੋਂ ਵਾਜਿਬ ਉਮੀਦਾਂ ਰੱਖਣ ਲਈ ਅਧਿਆਪਕ ਦੀ ਮਦਦ ਕਰਨ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਸੀਮਾਵਾਂ ਬਾਰੇ ਜਾਣਕਾਰੀ ਦੇਣ ਹਿੱਤ ਸੋ ਆਪਸ਼ਨ ਨੰਬਰ 3 ਸਹੀ ਹੈ ਜੀ ਪ੍ਰਸ਼ਨ ਦੇ ਅਨੁਸਾਰ ਬੱਚੇ ਤੋਂ ਜਿਹੜੀਆਂ ਵਾਜਿਬ ਉਮੀਦਾਂ ਲਗਾਉਂਦਾ ਹੈ ਅਧਿਆਪਕ ਉਹ ਉਹਨਾਂ ਦੇ ਬਾਰੇ ਵਿੱਚ ਪਤਾ ਲੱਗ ਜਾਂਦਾ ਬੱਚੇ ਤੋਂ ਵਾਜਿਬ ਉਮੀਦਾਂ ਰੱਖਣ ਲਈ ਅਧਿਆਪਕ ਦੀ ਮਦਦ ਕਰਨ ਲਈ ਸੋ ਇੱਕ ਅਧਿਆਪਕ ਆਪਣਾ ਲੇਬਲ ਸੈੱਟ ਕਰ ਲੈਂਦਾਗਾ ਵੀ ਬੱਚਾ ਇੱਥੇ ਜੇ ਖੜਾ ਹੈਗਾ ਤੇ ਜਿਹੜੀਆਂ ਮਤਲਬ ਉਹਨੂੰ ਜਿੰਨਾ ਗਿਆਨ ਦੇਣਾ ਹੈ ਫਿਰ ਉਸ ਸਾਹਬ ਨਾਲ ਉਹਦੀ ਜਿਹੜੀ ਹੈਗੀ ਪੜ੍ਹਾਈ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ ਜਾਂ ਉਹਨੂੰ ਮਤਲਬ ਗਾਈਡ ਕੀਤਾ ਜਾਂਦਾਗਾ 4 ਨੰਬਰ ਪ੍ਰਸ਼ਨ ਦੋਸਤੋ ਬੁੱਧੀ ਕਿਸ ਦੀ ਸਮਰੱਥਾ ਹੈ ਸਿੱਖਿਆ ਦੀ ਸੋਚਣ ਸ਼ਕਤੀ ਦੀ ਸਮੱਸਿਆ ਹੱਲ ਦੀ ਵਿਦਿਆਰਥੀ ਦੀ ਸੋ ਬੁੱਧੀ ਕਿਸ ਦੀ ਸਮਰੱਥਾ ਹੈ অপਸ਼ਨ ਨੰਬਰ 3 ਸਹੀ ਹੈ ਜੀ ਸਮੱਸਿਆ ਹੱਲ ਦੀ ਸਮਰੱਥਾ ਹੈਗੀ ਬੁੱਧੀ অপਸ਼ਨ ਨੰਬਰ 3 ਸਹੀ ਹੈ ਜੀ 5 ਨੰਬਰ ਪ੍ਰਸ਼ਨ ਦੋਸਤੋ ਹੇਠ ਲਿਖਿਆਂ ਵਿੱਚੋਂ ਕਿਹੜੀ ਬੁੱਧੀ ਦੀ ਵਿਸ਼ੇਸ਼ਤਾ ਹੈ ਹੈ ਪੁੱਛਿਆ ਧਿਆਨ ਚ ਰੱਖਣਾ ਹੇਠ ਲਿਖਿਆਂ ਚ ਕਿਹੜੀ ਬੁੱਧੀ ਦੀ ਵਿਸ਼ੇਸ਼ਤਾ ਹੈ ਇਹ ਗੁੰਜਲਦਾਰ ਹੈ ਹਲ ਗੁੰਜਲਦਾਰ ਸਮੱਸਿਆ ਹੈ ਸੋਚਣ ਦੀ ਕਿਸਮ ਹੈ ਬੁੱਧੀ ਉਪਰੋਕਤ ਸਾਰੇ ਆਪਸ਼ਨ ਨੰਬਰ 4 ਸਹੀ ਹੈ ਜੀ ਉਪਰੋਕਤ ਸਾਰੀਆਂ ਆਪਸ਼ਨਾਂ ਬੁੱਧੀ ਦੀ ਵਿਸ਼ੇਸ਼ਤਾ ਦੇ ਰੂਪ ਵਿੱਚ ਹਨ 6 ਨੰਬਰ ਜੀ ਇੱਕ ਪ੍ਰੀ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਚਿੜੀਆ ਘਰ ਵਿੱਚ ਜੈਬਰਾ ਨੂੰ ਵੇਖ ਕੇ ਉਸ ਨੂੰ ਘੋੜਾ ਬੁਲਾਉਂਦਾ ਹੈ ਉਸ ਨੇ ਕਿਹੜੀ ਵਿਧੀ ਦੀ ਵਰਤੋਂ ਕੀਤੀ ਸੋ ਦੋਸਤੋ ਜਿਹੜੇ ਛੋਟੇ ਬੱਚੇ ਹੁੰਦੇ ਆ ਜ ਜਦੋਂ ਉਹਨਾਂ ਦਾ ਉਹਨਾਂ ਦਾ ਜਿਹੜਾ ਇੱਕ ਸਕੀਮਾ ਹੁੰਦਾ ਉਹਨਾਂ ਦਾ ਜਿਹੜਾ ਗਿਆਨ ਹੁੰਦਾ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਗਿਆਨ ਅਸੀਂ ਇੱਕ ਵਾਰੀ ਸਟਾਰਟਿੰਗ ਤੋਂ ਭਰਦੇ ਆ ਜੇ ਉਹਨੂੰ ਕੋਈ 4 ਜਨਮਾਂ ਵਾਲੇ 5 4 ਲੱਤਾਂ ਵਾਲੇ 5 ਜਨਮਾਂ ਵਾਲੇ ਆਪਾਂ ਦੱਸਦੇ ਆ ਮੰਨ ਲਓ ਵੀ ਉਹਨੂੰ ਆਪਾਂ ਬਿੱਲੀ ਦਿਖਾ ਦਿੰਦੇ ਆ ਤਾਂ ਵੀ ਇਹ ਬਿੱਲੀ ਹੈ ਜੇ ਉਹ ਕੋਈ ਬਿੱਲੀ ਦੇ ਬਰਾਬਰ ਦੇ ਕੁੱਤੇ ਨੂੰ ਵੀ ਦੇਖਦਾ ਤਾਂ ਉਹਨੂੰ ਵੀ ਉਹ ਬਿੱਲੀ ਬੁਲਾ ਲੈਂਦਾ ਉਸ ਸਮੇਂ ਤੱਕ ਉਸ ਇੱਕ ਪੜਾ ਤੱਕ ਜੀਨ ਪਿਆਜ ਦੀ ਇਹ ਥਿਉਰੀ ਦੇ ਵਿੱਚ ਇੱਕ ਟਰਮ ਹੈਗੀ ਸੋ 6 ਨੰਬਰ ਪ੍ਰਸ਼ਨ ਦੇ ਅਕੋਰਡਿੰਗ ਸਮਾਜੋਜਨ ਕੋਲ ਮਿਲ ਜਾਣਾ ਸੰਗਠਨ ਸ੍ਰੈਣੀਬੱਤਾ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਕੋਲ ਮਿਲ ਜਾਣਾ ਉਹਨੂੰ ਮਤਲਬ ਉਹਨੂੰ ਨਿਰਣਾ ਨਹੀਂ ਲੈ ਸਕਦਾ ਹੋ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਨਹੀਂ ਕਰ ਸਕਦਾ ਉਹਨੂੰ ਹਜੇ ਉਹਦਾ ਉਹ ਗਿਆਨ ਨਹੀਂ ਹੋਇਆ ਉਹਨੂੰ ਇੰਨਾ ਵੀ ਇਹ ਕੋੜਾ ਤੇ ਇਹ ਜੈਵਰਾਗਾ ਤੇ ਸੋ ਇਸੇ ਤਰ੍ਹਾਂ ਹੀ ਮਤਲਬ ਉਹ ਕੋਲ ਮਿਲ ਜਾਂਦਾ ਉਹਦੇ ਲਈ ਚਾਰ ਲੱਤਾਂ ਤੇ ਮਤਲਬ ਓਡਾਕ ਸਾਈਜ਼ ਉਸ ਤਰ੍ਹਾਂ ਜਿਹਦਾ ਮੂਹ ਉਹਨੂੰ ਸਾਰੀ ਚੀਜ਼ ਇੱਕੋ ਜਿਹੀ ਲੱਗਦੀ ਆ ਸੋ ਪ੍ਰਸ਼ਨ ਨੰਬਰ 6 ਦੇ ਮੁਤਾਬਕ ਦੋ ਆਪਸ਼ਨ ਸਹੀ ਹੈ ਜੀ ਕੋਲ ਮਿਲ ਜਾਣਾ 7 ਨੰਬਰ ਪ੍ਰਸ਼ਨ ਦੋਸਤੋ ਬੁੱਧੀ ਦੇ ਸਬੰਧ ਵਿੱਚ ਕਿਹੜਾ ਕਥਨ ਸਹੀ ਹੈ ਬੁੱਧੀ ਅਨੁਕੂਲ ਬਣਾਉਣ ਦੀ ਯੋਗਤਾ ਹੈ ਬੁੱਧੀ ਸਿੱਖਣ ਦੀ ਯੋਗਤਾ ਹੈ ਬੁੱਧੀ ਸੂਖਮ ਤਰਕ ਦੀ ਯੋਗਤਾ ਹੈ ਉਪਰੋਕਤ ਸਾਰੇ অপশন নাম্বার 4 ਸਹੀ ਹੈ ਜੀ ਉਪਰੋਕਤ ਸਾਰੀਆਂ ਆਪਸ਼ਨਾਂ ਪ੍ਰਸ਼ਨ 7 ਦੇ ਅਨੁਸਾਰ ਸਹੀ ਨੇ ਜੀ ਬੁੱਧੀ ਦੇ ਵਿੱਚ అనుకూਲ ਬਣਾਉਣ ਦੀ ਯੋਗਤਾ ਵੀ ਹੈ ਬੁੱਧੀ ਸਿੱਖਣ ਦੀ ਯੋਗਤਾ ਵੀ ਹੁੰਦੀ ਹੈ ਬੁੱਧੀ ਸੂਖਮ ਤਰਕ ਦੀ ਯੋਗਤਾ ਹੈ অপਸ਼ਨ ਨੰਬਰ 4 ਸਹੀ ਹੈ 8 ਨੰਬਰ ਪ੍ਰਸ਼ਨ ਦੋਸਤੋ ਤੁਹਾਡੀ ਕਲਾਸ ਵਿੱਚ ਕੁਝ ਵਿਦਿਆਰਥੀ ਵਿਸ਼ੇਸ਼ ਤੌਰ ਤੇ ਬੁੱਧੀਮਾਨ ਹਨ ਤੁਸੀਂ ਉਹਨਾਂ ਨੂੰ ਪੜ੍ਹਾਓਗੇ ਕਲਾਸ ਦੇ ਵਿੱਚ ਜਿਆਦਾ ਬੁੱਧੀਮਾਨ ਬੱਚੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਕਿਵੇਂ ਪੜਾਉਣਾ ਸੀ ਕਲਾਸ ਦੇ ਨਾਲ ਉਚੇਰੀਆਂ ਕਲਾਸਾਂ ਦੇ ਨਾਲ ਭਰਪੂਰਤਾ ਪੂਰਨ ਪ੍ਰੋਗਰਾਮਾਂ ਦੀ ਵਰਤੋਂ ਕਰਕੇ ਕੇਵਲ ਉਦੋਂ ਜਦੋਂ ਉਹ ਚਾਹਣ ਸੋ ਜਦੋਂ ਕਲਾਸ ਦੇ ਵਿੱਚ ਕੁਝ ਵਿਦਿਆਰਥੀ ਵਿਸ਼ੇਸ਼ ਤੌਰ ਤੇ ਵੱਧ ਬੁੱਧੀਮਾਨ ਹੁੰਦੇ ਨੇ ਤੁਸੀਂ ਉਹਨਾਂ ਨੂੰ ਕਿਵੇਂ ਪੜ੍ਹਾਓਗੇ ਆਪਸ਼ਨ ਨੰਬਰ 3 ਦੇ ਅਕੋਰਡਿੰਗ ਉਹਨਾਂ ਨੂੰ ਪੜ੍ਹਾਇਆ ਜਾਊਗਾ ਆਪਸ਼ਨ ਨੰਬਰ 3 ਸਹੀ ਹੈ ਜੀ ਭਰਪੂਰਤਾ ਪੂਰਨ ਪ੍ਰੋਗਰਾਮਾਂ ਦੀ ਵਰਤੋਂ ਕਰਕੇ 9 ਨੰਬਰ ਪ੍ਰਸ਼ਨ ਦੋਸਤੋ ਬੁੱਧੀ ਨੂੰ ਪ੍ਰਭਾਵਿਤ ਕਰਨ ਵਾਲਾ ਸਭ ਤੋਂ ਵੱਡਾ ਕਾਰਕ ਕਿਹੜਾ ਹੈ ਵੱਡਾ ਕਾਰਕ ਪੁੱਛਿਆ ਆ ਕਈ ਵਾਰ ਕਈ ਕਾਰਕ ਹੁੰਦੇ ਨੇਗੇ ਬੁੱਧੀ ਨੂੰ ਪ੍ਰਭਾਵਿਤ ਕਰਨ ਵਾਲੇ ਉਹ ਵੀ ਆਪਸ਼ਨਾਂ 'ਚ ਪਏ ਹੁੰਦੇ ਆ ਪਰ ਵੱਡਾ ਕਾਰਕ ਪੁੱਛਿਆ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ਬੁੱਧੀ ਨੂੰ ਵਾਤਾਵਰਣ ਮਾਤਾ ਪਿਤਾ ਵੰਸ ਅਨੁਕਰਮ ਅਧਿਆਪਕ ਸੋ ਆਪਸ਼ਨ ਨੰਬਰ 1 ਸਹੀ ਹੈ ਜੀ ਵਾਤਾਵਰਣ ਹੈ ਜਿਹੜਾ ਉਹ ਬੁੱਧੀ ਨੂੰ ਪ੍ਰਭਾਵਿਤ ਕਰਨ ਵਾਲਾ ਸਭ ਤੋਂ ਵੱਡਾ ਕਾਰਕ ਹੈ ਜਿਹੇ ਜਿਹੇ ਵਾਤਾਵਰਣ ਦੇਵਾਂਗੇ ਅਸੀਂ ਬੱਚੇ ਨੂੰ ਜਿਹੋ ਜਿਹਾ ਵੀ ਵਾਤਾਵਰਣ ਦੇਵਾਂਗੇ ਉਹਦੀ ਜਿਹੜੀ ਬੁੱਧੀ ਆ ਵੀ ਉਹ ਵੀ ਉਸੇ ਤਰ੍ਹਾਂ ਹੀ ਡਿਵੈਲਪ ਹੁੰਦੀ ਆ ਸਟਰਨ ਨੇ ਪ੍ਰਤਿਭਾਸ਼ਾਲੀ ਬੱਚਿਆਂ ਦਾ ਬੁੱਧੀ ਲੱਭਦੀ ਅੰਕ ਕਿੰਨਾ ਦੱਸਿਆ ਸੋ ਸਟਰਨ ਨੇ ਜਿਹੜਾ ਬੱਚਿਆਂ ਬਾਰੇ ਬੁੱਧੀ ਲੱਭਤੀ ਦਾ ਅੰਕ ਦੱਸਿਆ ਸੀ ਆਈਕਿਊ ਦਾ ਲੈਵਲ ਦੱਸਿਆ ਸੀ ਉਹਨੇ ਅਲੱਗ-ਅਲੱਗ ਬੱਚਿਆਂ ਵਾਸਤੇ ਬੁੱਧੀ ਦਾ ਉਹ ਪ੍ਰਤਿਭਾਸ਼ਾਲੀ ਬੱਚਿਆਂ ਬਾਰੇ ਕਿਹੜਾ ਦੱਸਿਆ ਸੀ ਇਹ ਪ੍ਰਤਿਭਾਸ਼ਾਲੀ ਗਿਫਤੜ ਬੱਚਿਆਂ ਵਾਸਤੇ 150 ਤੋਂ ਉੱਪਰ 140 ਤੋਂ ਉੱਪਰ 150 140 ਤੋਂ 150 ਦੇ ਵਿਚਕਾਰ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਉਹਨਾਂ ਨੇ ਕਿਹਾ ਸੀ ਸਟਾਰਨ ਨੇ ਇਹੀ ਕਿਹਾ ਸੀ ਵੀ 140 ਤੋਂ ਉੱਪਰ ਆਈਕਿਊ ਹੈ ਜਿਹਦਾ ਉਹ ਪ੍ਰਤਿਭਾਸ਼ਾਲੀ ਬੱਚੇ ਹੋਣਗੇ 11 ਨੰਬਰ ਪ੍ਰਸ਼ਨ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਨੇ ਨਵੋਦਿਆ ਸਕੂਲਾਂ ਦੀ ਸਥਾਪਨਾ ਕੀਤੀ ਗਈ ਸੋ ਨਵੋਦਿਆ ਸਕੂਲ ਖੁੱਲੇ ਗਏ ਨੇ ਜੀ ਸਾਰੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਸਟੇਟਾਂ ਦੇ ਵਿੱਚ ਅਲੱਗ-ਅਲੱਗ ਸਕੂਲ ਨੇ ਇਹ ਉਹਨਾਂ ਦੀ ਕਿਉਂ ਸਥਾਪਨਾ ਕੀਤੀ ਉਹਨਾਂ ਦਾ ਮੁੱਖ ਮਕਸਦ ਕੀ ਸੀ ਉਹਨਾਂ ਨੂੰ ਖੋਲਣ ਦਾ ਪਿੰਡੂ ਖੇਤਰਾਂ ਵਿੱਚ ਚੰਗੀ ਸਿੱਖਿਆ ਮੁਹੱਈਆ ਕਰਾਉਣ ਲਈ ਸਰਵ ਸਿੱਖਿਆ ਅਭਿਆਨ ਨੂੰ ਪੂਰਾ ਕਰਨ ਲਈ ਪਿੰਡੂ ਖੇਤਰਾਂ ਵਿੱਚ ਸਕੂਲਾਂ ਵਿੱਚ ਗਿਣਤੀ ਵਧਾਉਣ ਲਈ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਸੋ ਆਪਸ਼ਨ ਨੰਬਰ 1 ਸਹੀ ਹੈ ਜੀ ਨਵਦੇਆ ਸਕੂਲਾਂ ਨੂੰ ਖੋਲਣ ਦਾ ਜਿਹੜਾ ਮੁੱਖ ਮਕਸਦ ਸੀਗਾ ਪਿੰਡੂ ਖੇਤਰਾਂ ਵਿੱਚ ਚੰਗੀ ਸਿੱਖਿਆ ਮੁਹੱਈਆ ਕਰਾਉਣਾ ਸੀ ਜੀ 12 ਨੰਬਰ ਪ੍ਰਸ਼ਨ ਦੋਸਤੋ ਤੁਸੀਂ ਜਮਾਤ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਬਣਾਉਣਾ ਚਾਹੁੰਦੇ ਹੋ ਤੁਸੀਂ ਹੇਠ ਲਿਖਿਆਂ ਵਿੱਚੋਂ ਕਿਹੜੀ ਸਿੱਖਿਆਨ ਵਿਧੀ ਨੂੰ ਅਪਣਾਉਂਗੇ ਜਮਾਤ ਵਿੱਚ ਪੜਾਉਣ ਵੇਲੇ ਤੁਸੀਂ ਕੋਈ ਐਕਟੀਵਿਟੀ ਕਰਾਉਣੀ ਹੈ ਤਾਂ ਉਹਦੇ ਵਿੱਚ ਸਭ ਵੱਧ ਤੋਂ ਵੱਧ ਬੱਚੇ ਭਾਗੀਦਾਰ ਬਣਾਉਣਾ ਚਾਹੁੰਦੇ ਹੋ ਤਾਂ ਕਿਹੜੀ ਐਕਟੀਵਿਟੀ ਹੋਊਗੀ ਉਹ ਪ੍ਰਦਰਸ਼ਨ ਵਿਚਾਰ ਵਟਾਂਦਰਾ ਗਾਇਨ ਜਾਂ ਰੋਲ ਪਲੇ ਸੋ ਵਿਚਾਰ ਵਟਾਂਦਰਾ ਆਪਸ਼ਨ ਨੰਬਰ 2 ਸਹੀ ਹੈ ਜੀ ਜਦੋਂ ਵਿਚਾਰ ਵਟਾਂਦਰਾ ਗਤੀਵਿਧੀ ਹੋਊਗੀ ਤਾਂ ਵੱਧ ਤੋਂ ਵੱਧ ਬੱਚੇ ਨੇ ਜਿਹੜੇ ਭਾਗੀਦਾਰ ਹੋਣਗੇ ਭਾਗ ਲੈਣਗੇ ਵਿਚਾਰ ਵਟਾਂਦਰਾ ਕਰਨ ਵਾਸਤੇ ਦੇਖੋ ਜੇ ਗਾਇਨ ਗੀਤ ਗਵਾਉਣੇ ਆ ਤਾਂ ਵੀ ਕੋਈ ਸਾਰੇ ਬੱਚੇ ਇਕੱਠੇ ਨਹੀਂ ਗਾ ਸਕਦੇ ਕੋਈ ਪ੍ਰਦਰਸ਼ਨ ਕਰਨਾ ਹੈ ਕਿਸੇ ਚੀਜ਼ ਦਾ ਤਾਂ ਸਾਰੇ ਨਹੀਂ ਕਰ ਸਕਦੇ ਰੋਲ ਪਲੇ ਹੈ ਇਹ ਨਹੀਂ ਹੈ ਵੀ ਸਾਰੇ ਜਾਣੇ ਖੜੇ ਹੋ ਕੇ ਸਟੇਜ ਤੇ ਰੋਲ ਪਲੇ ਕਰਨ ਲੱਗ ਜਾਣ ਕੋਈ ਇੱਕ ਬੱਚਾ ਹੀ ਕਿਸੇ ਦਾ ਰੋਲ ਪਲੇ ਕਰੂ ਜਾਂ ਦੋ ਤਿੰਨ ਇਕੱਠੇ ਕਰ ਦੇਣਗੇ ਵੱਧ ਤੋਂ ਵੱਧ ਬੱਚੇ ਭਾਗ ਕਾ ਤੋ ਕਿਹੜੀ ਚੀਜ਼ ਚ ਲੈ ਸਕਦੇ ਨੇ ਵਿਚਾਰ ਕਰਨ ਦੇ ਵਿੱਚ 13 ਨੰਬਰ ਪ੍ਰਸ਼ਨ ਦੋਸਤੋ ਜੇਕਰ ਵਿਦਿਆਰਥੀਆਂ ਵਿੱਚ ਸਹਿਯੋਗ ਅਤੇ ਟੀਮ ਦੀ ਭਾਵਨਾ ਵਿਕਸਿਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਹੜੀਆਂ ਗਤੀਵਿਧੀਆਂ ਪੇਸ਼ ਕਰੋਗੇ ਵਿਦਿਆਰਥੀਆਂ ਵਿੱਚ ਆਪਸੀ ਸਹਿਯੋਗ ਬਣਿਆ ਰਹੇ ਉਹਨਾਂ ਵਿੱਚ ਟੀਮ ਦੀ ਭਾਵਨਾ ਮਤਲਬ ਟੀਮ ਦੇ ਅਨੁਸ਼ਾਸਨ ਨੂੰ ਬਣਾ ਕੇ ਰੱਖਣ ਦੀ ਭਾਵਨਾ ਟੀਮ ਨਾਲ ਇਮਾਨਦਾਰੀ ਤੌਰ ਤੇ ਜੁੜੇ ਰਹਿਣ ਦੀ ਭਾਵਨਾ ਉਹ ਵਿਕਸਿਤ ਕਰਨੀ ਹੈ ਤਾਂ ਕਿਹੜੀਆਂ ਗਤੀਵਿਧੀਆਂ ਪੇਸ਼ ਕਰਨੀਆਂ ਕਲਾ ਬਹਿਸ ਪ੍ਰੋਜੈਕਟ ਕੰਮ ਜਾਂ ਕਵਿਜ਼ ਸੋ অপਸ਼ਨ ਨੰਬਰ 3 ਸਹੀ ਹੈ ਜੀ ਕੋਈ ਪ੍ਰੋਜੈਕਟ ਦਿੱਤਾ ਜਾਊਗਾ ਉਹਨਾਂ ਨੂੰ ਕੰਮ ਕਰਨ ਵਾਸਤੇ ਉਹ ਪ੍ਰੋਜੈਕਟ ਨੂੰ ਪੂਰਾ ਕਰਨ ਵਾਸਤੇ ਉਹ ਆਪਣੀ ਟੀਮ ਦਾ ਸਹਿਯੋਗ ਵੀ ਕਰਨਗੇ ਉਹਨਾਂ ਦੇ ਵਿੱਚ ਇਹ ਭਾਵਨਾ ਵੀ ਹੋਊਗੀ ਵੀ ਆਹ ਪ੍ਰੋਜੈਕਟ ਅਸੀਂ ਤਿਆਰ ਕੀਤਾ ਹੈ ਸਾਡੀ ਟੀਮ ਦਾ ਹੈਗਾ 14 ਨੰਬਰ ਪ੍ਰਸ਼ਨ ਦੋਸਤੋ ਰਾਸ਼ਟਰੀ ਬਾਲਗ ਪ੍ਰੋਗਰਾਮ ਕਦੋਂ ਸ਼ੁਰੂ ਹੋਇਆ 1964 ਦੇ ਵਿੱਚ 1978 ਦੇ ਵਿੱਚ 1986 ਦੇ ਵਿੱਚ ਜਾਂ 1972 ਦੇ ਵਿੱਚ ਸੋ ਆਪਸ਼ਨ ਨੰਬਰ 2 ਸਹੀ ਹੈ ਜੀ 1978 ਦੇ ਵਿੱਚ ਰਾਸ਼ਟਰੀ ਬਾਲ ਬਾਲਗ ਪ੍ਰੋਗਰਾਮ ਸ਼ੁਰੂ ਹੋਇਆ ਸੀ ਜੀ 15 ਨੰਬਰ ਪ੍ਰਸ਼ਨ ਦੋਸਤੋ ਅੱਜ ਦੀ ਵੀਡੀਓ ਦਾ ਆਖਰੀ ਪ੍ਰਸ਼ਨ ਹੈਗਾ ਚਾਈਲਡ ਡਿਵੈਲਪਮੈਂਟ ਦੇ ਨਾਲ ਵੈਰੀ ਇੰਪੋਰਟੈਂਟ MCQ ਜਿਹਾ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਹਰ ਰੋਜ਼ ਖਾਸ ਕਰਕੇ ਅੰਗਣਵਾੜੀ ਸੁਪਰਵਾਈਜ਼ਰ ਦੀਆਂ ਪੋਸਟਾਂ ਤੇ 83 93 ਐਂਟੀਟੀ ਦੇ ਕੈਂਡੀਡੇਟ ਜਿਨ੍ਹਾਂ ਨੇ ਅਪਲਾਈ ਕਰਿਆ ਉਹਨਾਂ ਲਈ ਇਹ ਅਤਿ ਮਹੱਤਵਪੂਰਨ ਵੀਡੀਓ ਹੈ ਜਿਹੜੇ ਬੱਚੇ ਪੀਐਸਟੈਟ ਸੀਐਟੈਟ ਐਚਟਟ ਦੀ ਤਿਆਰੀ ਕਰਦੇ ਆ ਉਹਨਾਂ ਵਾਸਤੇ ਵੀ ਇਹ ਜ਼ਰੂਰੀ ਹੈ ਕਿਉਂਕਿ ਸਾਈਕੋਲੋਜੀ ਦਾ ਜਿਹੜਾ ਚਾਈਲਡ ਡਿਵੈਲਪਮੈਂਟ ਦਾ ਜਿਹੜਾ ਪੋਰਸ਼ਨ ਹੈ ਇਹਨਾਂ ਦੇ ਵਿੱਚ ਹੀ ਸਲੈਕਸ ਦੇ ਵਿੱਚ ਪਾਇਆ ਜਾਂਦਾ ਹੈ ਸੋ ਦੋਸਤੋ 15 ਨੰਬਰ ਪ੍ਰਸ਼ਨ ਕਰਦੇ ਆ ਪ੍ਰਸ਼ਨ ਕਰਨ ਤੋਂ ਪਹਿਲਾਂ ਇੱਕ ਤੁਹਾਡੇ ਲਈ ਜ਼ਰੂਰੀ ਨੋਟ ਹੈ ਵੀ ਜੇਕਰ ਕਿਸੇ ਨੇ ਮਤਲਬ ਆਪਣੇ ਵਟਸਐਪ ਗਰੁੱਪ ਦੇ ਵਿੱਚ ਜੁਆਇਨ ਹੋਣਾ ਹੈ ਤਾਂ ਆਪਣੇ ਨੰਬਰ ਤੇ ਮੈਸੇਜ ਕਰਦੇ ਨੇ ਕਰ ਸਕਦੇ ਨੇ 88474 77007 ਸੋ ਦੋਸਤੋ ਇਹ ਧਿਆਨ ਚ ਰੱਖਿਆ ਜਾਵੇ ਵੀ ਇਹ ਅੱਜ ਦੀਆਂ ਡੇਟਾ ਦੇ ਵਿੱਚ ਜਿਹੜੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ ਸਪੈਸ਼ਲ ਉਹਨਾਂ ਦੇ ਲਈ ਗਰੁੱਪ ਬਣਾਏ ਗਏ ਨੇ ਜਿਵੇਂ ਪੰਜਾਬ ਪੁਲਿਸ ਹੈ ਅੰਗਣਵਾੜੀ ਸੁਪਰਵਾਈਜ਼ਰ ਦੀਆਂ ਪੋਸਟਾਂ ਨੇਗੀਆਂ ਐਨਟੀਟੀ ਦੀਆਂ ਪੋਸਟਾਂ ਨੇ ਉਹਨਾਂ ਲਈ ਆਪਾਂ ਸਪੈਸ਼ਲ ਗਰੁੱਪ ਵੀ ਬਣਾ ਦਿੱਤੇ ਨੇ WhatsApp ਦੇ ਜੇ ਕਿਸੇ ਨੇ ਉਹਨਾਂ ਗਰੁੱਪਾਂ ਦੇ ਵਿੱਚ ਐਡ ਹੋਣਾ ਹੋਵੇ ਤਾਂ ਆਪਾਂ ਨੂੰ ਮੈਸੇਜ ਕਰ ਸਕਦੇ ਨੇ ਇਸ ਨੰਬਰ ਤੇ ਤੇ ਆਪਣੀ ਪੋਸਟ ਦਾ ਨਾਮ ਲਿਖਣਾ ਹੈ ਆਪਣੇ ਆਪਣਾ ਨਾਮ ਲਿਖਣਾ ਹੈਗਾ ਪੋਸਟ ਦਾ ਨਾਮ ਲਿਖਣਾ ਹੈ ਸ਼ਹਿਰ ਦਾ ਨਾਮ ਲਿਖਣਾ ਸੋ ਤੁਹਾਨੂੰ ਇੱਕ ਲਿੰਕ ਜਿਹੜਾ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ ਸੋ ਦੋਸਤੋ 15 ਨੰਬਰ ਪ੍ਰਸ਼ਨ ਦੇਖਦੇ ਆ ਰਾਸ਼ਟਰੀ ਅਧਿਆਪਕ ਦਿਵਸ ਕਦੋਂ ਮਨਾਇਆ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਰਾਸ਼ਟਰੀ ਅਧਿਆਪਕ ਦਿਵਸ ਕਦੋਂ ਮਨਾਇਆ ਜਾਂਦਾ ਹੈ 5 ਸਤੰਬਰ ਨੂੰ 5 ਅਕਤੂਬਰ ਨੂੰ 26 ਜਨਵਰੀ ਨੂੰ 28 ਫਰਵਰੀ ਨੂੰ ਸੋ ਆਪਸ਼ਨ ਨੰਬਰ 1 ਸਹੀ ਹੈ ਜੀ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਜੀ 5 ਸਤੰਬਰ ਦੇ ਦਿਨ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਣੇ ਹੋਰ ਦੋਸਤਾਂ ਤੱਕ ਆਪਣੇ ਚੈਨਲ ਨੂੰ ਪਹੁੰਚਾਉਣ ਦੀ ਖੇਚਲਾ ਕਰਨਾ ਤਾਂ ਜੋ ਵੱਧ ਤੋਂ ਵੱਧ ਸਾਥੀ ਇਸ ਆਪਣੀ ਵੀਡੀਓ ਦਾ ਆਪਣੇ ਇਹਨਾਂ ਲੈਕਚਰ ਜਿਹਦਾ ਜਿਹੜਾ ਹੈ ਫਾਇਦਾ ਲੈ ਸਕਣ ਸੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ